सत श्री अकाल पंजाबियो, मैं ताडा अपना रविंदर सिंह शेरगिल उर्फ आर वी शेरगिल बहुत बहुत स्वागत है ताडे अपने यूट्यूब चैनल ते जिहदा नाम है 0300 वाले। ते अज आपां माड़ा गए शहर, उत्थे अज अपनी गड्डी दा नंबर आना सीगा जिद्दां कि तुसीं थंबनेल देखे आना, ते उत्थे लिखिया भी है कि नंबर ऐतकी 0300 नहीं मिलिया, पिछे मारिया क्वेश्चन मार्क है ना। बाकी तुहानूं पता तुसीं सियाणे यार, मैनूं समझाउण दी लोड़ थोड़ा कि मिलिया होगा कि नहीं मिलिया होगा। तो बाकी जे वीडियो पसंद आउंदियां हुंदियां लाइक कर दिया करो ना, तुहाडे लाइक ना पता लगता कि तुसीं प्यार करदे आ। तो चलो वधदे आ ब्लॉग वल। दवाई दवाई सीगी उदा ठीक है सर, चुभ रहा हूँ फिर बीमार हो पचता नहीं, कुछ खाता पीता नहीं गा, देखते हैं। सत श्री अकाल पंजाबी हो जी, ਤੁਹਾਡਾ ਸਵਾਗਤ ਹੈ ਤੁਹਾਡੇ ਚੈਨਲ ਤੇ ਜਿਹਦਾ ਨਾਮ 0300 ਹੈ। ਹਾਂਜੀ ਭਾਜੀ ਸੈੱਟ ਆ, ਚਲੀਏ ਤੁਸੀਂ ਨਾਮ ਦਾ ਹੋਰ ਭਾਜੀ ਚਲੀਏ ਉਹਦਾ ਵੀ ਦੇਖੀਏ ਵਿਚਾਰਾ। ਸਤਿ ਸ਼੍ਰੀ ਅਕਾਲ ਪੰਜਾਬੀਓ, ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ 0300। ਭਾਜੀ ਕਿੱਦਾਂ ਹੋਰ ਤਰ੍ਹਾਂ ਲੱਗਦਾ ਨਾ ਜਦੋਂ ਇਦਾਂ ਮਤਲਬ ਆਪਾਂ ਰੱਖਿਆ ਹੋਵੇ ਤਾਂ ਉਹ ਬਿਮਾਰ ਹੋ ਜਵੇ ਹਨਾ। ਤਾਂ ਹੀ ਹੁੰਦਾ ਹੈ ਸਹੀ। ਚਲੋ ਫਿਰ ਚਲੀਏ, ਕੋਈ ਨਹੀਂ ਅੱਜ ਨੂੰ ਓਕੇ ਰਿਪੋਰਟ ਘਰੋਂ ਨਿਕਲਾਂ ਤਾਂ ਕਹਿੰਦੇ ਗੁਰੂ ਘਰੇ ਪਹਿਲਾ ਸਟਾਪ, ਕੀ ਬਾਤ ਰੱਖੇ ਦੁਨੀਆ ਲੋਕਾਂ ਦੇ ਰੱਖਾਂ ਰੱਬ ਦੇ ਮੇਰੇ। ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਹਾਨੂੰ ਸਾਰਿਆਂ ਨੂੰ ਤੇ ਸਾਨੂੰ ਵੀ। ਜੀ ਸਤਿ ਸ਼੍ਰੀ ਅਕਾਲ, ਨੌਜਵਾਨ ਦਿਲਾਂ ਦੀ ਧੜਕਣ ਗੁਰਵਿੰਦਰ ਸਿੰਘ ਸ਼ੇਰਗਿੱਲ ਉਰਫ ਗੁਰਵੀਸ਼ ਗਰੀ ਗੁਰ ਆਪਣਾ ਨਾਮ ਹੀ ਭੁੱਲ ਗਿਆ, ਗੁਰਵੀ ਸ਼ੇਰਗਿੱਲ ਤੁਹਾਡੇ ਚ ਪਹੁੰਚ ਚੁੱਕੇ ਨੇ। ਨੌਜਵਾਨ ਦਿਲਾਂ ਦੀ ਧੜਕਣ ਜੋ ਕਿ ਕਦੀ ਨਹੀਂ ਬਣ ਸਕੇ ਪਰ ਫਿਰ ਵੀ ਕਿਸੇ ਨਾ ਕਿਸੇ ਦਿਲ ਚ ਤਾਂ ਧੜਕਦੇ ਹੋਣਗੇ। ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਮੇਰੇ ਨਾਲ ਸਾਡਾ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤੇ ਨਾਲ ਨੰਦੂ ਸ਼ਾਹ ਜੀ, ਕਿੱਥੋਂ ਆਉਣਾ ਪਕਨੇ, ਤੇ ਨਾਲ ਪ੍ਰਭ ਜੀ, ਸਤਿ ਸ਼੍ਰੀ ਅਕਾਲ ਪੰਜਾਬੀਓ। ਕੈਮਰੇ ਘੁਮਾਉਂਦੇ ਘੁਮਾਉਂਦੇ ਮੇਰੇ ਕੈਮਰੇ ਇਹਨਾਂ ਨੇ ਇਦਾਂ ਤੇਰੇ ਨੌਜਵਾਨਾਂ ਦੇ ਕਹਿਣ ਤੇ ਸਰਦਾਰ ਨਰਿੰਦਰਪਾਲ ਸਿੰਘ ਸ਼ੇਰਗਿੱਲ ਦੇ ਮਾਰਗ ਦੇ ਉੱਤੇ ਜਾ ਰਹੇ ਹਾਂ। ਇਹ ਮਾਰਗ ਵੈਸੇ ਯਾਰ ਪਤਾ ਕੀ ਹੈ, ਮੈਂ ਹੁਣ ਗੱਡੀ ਚਲਾਉਣ ਡਿਆ ਕਿ ਵੀਡੀਓ ਬਣਾਉਂਦਾ ਬਣਾਉਂਦਾ ਤੇ ਆਰ ਵੀ ਕਰਦੇ ਨੇ, ਮੇਰੀਆਂ ਅੱਖਾਂ ਮੋਹਰੇ ਲੈ ਆਉਂਦਾ ਮੋਹਰੇ ਗੱਡੀ। ਮੈਂ ਹੁਣ ਮੋੜਤੀ ਬਾਅਦ ਚ ਕਹਿੰਦਾ ਤੇਰੇ ਬੁੜੇ ਵਾਲੀ ਕਿਹੜੀ ਰੋਡ ਆ, ਤੇ ਮੈਂ ਕਿਹਾ ਮੇਰੇ ਬੁੜਾ ਤੇ ਤੇਰਾ ਬੁੜਾ ਕਿਹੜਾ ਬੰਡਿਆ ਆ ਇਕੱਠੇ ਹੀ ਆ। ਕਿੰਨਾ ਚਾਹ ਚਬੋ ਸ਼ਾਰਿਆ ਚਬੋ ਸ਼ਾਰਿਆ ਚਬੋ ਸ਼ਾਰਿਆ ਚਬੋ ਹੁਣ ਚਾ ਤੁਹਾਡੇ ਭਾਜੀ ਨੇ ਗੱਲ ਕੀਤੀ ਆ। ਓ ਯਾਰ ਤੂੰ ਮੇਰੀ ਆਡੀਓ ਨੂੰ ਖਰਾਬ ਕਰਦਾ, ਤੁਹਾਡੇ ਭਾਜੀ ਨੇ ਗੱਲ ਕੀਤੀ ਆ। ਅੱਛਿਓ ਅਰਵੀ ਅੱਧੇ ਲੋਕੀ ਮੈਨੂੰ ਕਹੀ ਜਾਣਗੇ ਰਵੀਸ਼ਰ ਦੇ ਭਾਜੀ, ਤੁਸੀਂ ਰਵੀਸ਼ਰ ਦੇ ਰਵੀਸ਼ਰ ਨਹੀਂ ਭੋ ਰਵੀਸ਼ਰ ਨਹੀਂ ਤੁਸੀਂ ਭੁੱਲ ਜਾਂਦੇ ਆ ਨਾਮ, ਇਹ ਕਹਿਣ ਡਿਆ ਸੀ ਅਰਵੀ ਤੇ ਥੱਲੇ ਪਿੱਛੇ ਗੈਪ ਆ ਸਾਡੀਆਂ ਆਈਡੀਆਂ ਇਦਾਂ ਆ, ਮੈਨੂੰ ਗੁਰਵਿਸ਼ਰ ਕਹਿੰਦੇ ਰਹਿੰਦੇ ਗੁਰਵਿਸ਼ਰ ਰਵਿਸ਼ਰ ਉਹ ਵੀ ਜਿਹਨਾਂ ਨੂੰ ਲੱਗਦਾ ਕਿ ਇਹਨਾਂ ਦਾ ਨਾਂ ਅਰਵੀਸ਼ਰ ਤੇ ਗੁਰਵਿਸ਼ਰ ਆ ਉਹ ਵੀ ਸੋਚਦੇ ਨੇ ਘਰ ਦੇ ਕੀ ਸੋਚ ਕੇ ਨਾਂ ਰੱਖਿਆ ਪਿਆ ਚ ਅਰਵੀਸ਼ਰ ਹੋਣੀ, ਉਹਨਾਂ ਨੂੰ ਪਤਾ ਨੀ ਕਿ ਅਰਵੀ ਆ ਤਕਦੀਰ ਦਿੰਦੀ ਸਾਥ ਮੇਰਾ ਰਹਿਣਾ ਸੀਗਾ ਸਾਥ ਤੇਰਾ, ਤਕਦੀਰ ਦਿੰਦੀ ਸਾਥ ਚੰਨਾ ਰਹਿਣਾ ਸੀਗਾ ਸਾਥ ਚੰਨਾ, ਤੂੰ ਗੜਵਾ ਮੈਂ ਤੇਰੀ ਡੋਰ ਹੋਣੀ ਸੀ ਮੰਨਿਆ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜਾਊ। ਗੜਵੇ ਦੀ ਡੋਰ ਕਿਹੜੀ ਹੋਈ ਯਾਰ, ਗੜਵਾ ਰਾਤ ਨੂੰ ਉੜਦਾ ਭਾਜੀ ਕਹਿੰਦੇ ਆ। ਅੱਛਾ, ਮੰਨਿਆ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜਾਊ, ਤੂੰ ਜੇ ਹੁੰਦੀ ਤੇ ਗੱਲ ਹੋਰ ਹੋਣੀ ਸੀ ਕਹਿੰਦਾ ਬੁੱਕਲ ਚ ਬਹਿੰਦੀ ਜਿੰਦੇ ਰੋਟੀ ਖਾ ਲੋ ਕਹਿੰਦੀ ਬਿੰਦੇ ਬੁੱਕਲ ਚ ਬਹਿੰਦੀ ਜਿੰਦੇ ਰੋਟੀ ਖਾ ਲੋ ਕਹਿੰਦੀ ਬਿੰਦੇ
ਤੂੰ ਗੜਵਾ ਮੈਂ ਤੇਰੀ ਡੋਰ ਹੋਣੀ ਸੀ ਮੰਨਿਆ ਬਗੈਰ ਤੇਰੇ ਜ਼ਿੰਦਗੀ ਗੁਜ਼ਰ ਜਾਊ ਰਾਤ ਦਾ ਜਗਰਾਤੇ ਤੋਂ ਇਹ ਤਾਂ ਜੇ इस करके मैं भी हुण शो नोट दे के कमला नहीं होना चाहना ₹50 सारे शहर लभदे रहे नंबर प्लेटा के नंबर प्लेट लगनी बड़ा बड़ा कहते बोर्ड लगा गलिया जाके आ बोर्ड लगा लंडू साले मेरे तो हेट कर दे मरने दी मेरी ओ तां वेट कर दे खड़ी हुई आ गुड्डी चढ़ी हुई आ ताही देख देख दुनिया ए सड़ी हुई आ मुछ खड़ी हुई आ गुड्डी चढ़ी हुई आ ताही देख देख दुनिया ए सड़ी हुई आ क्या बात बढ़िया बहुत सोहना वीर रब तरक्की बख्शे तेनु कोई ना आज ही मेरे पेंट आई घरे फिर मिलेंगे आज तेनु पता है मड़ा कुत्ता भी बीमार है तो उद्दा भी मड़ा मैं तां शुरू च वैसे घूमे मैं भाई मैं यार तो कोई चक्कर नहीं पेंट दा पता ही लागे ही है ते किलोमीटर ते ही है डेढ़ होऊगा बद तो बद जदों मर्जी नंबर दे देना मैं तेनु फिल्टर देखो ये रंग देखो कितना गोरा कड्या यार दिसण नहीं रिहा लो देखो केड़ा फिल्टर है ये भाई पता नहीं विच ही आया कोई क्या बात एदा भी कर कहंदा मेरा भी करी रख दे मैं सोचना ये किदा हो गया
दसिया नी गा कि लिया नंदू का ओदा ध्यान पे तो देखने लग पे दुख तो लगना यार कि तू बोलना वो ही तेन चलानी नहीं आती मैं तेन कुछ पिछे 0.5 ते बन रही है दुकान आलिया ने भेजा कहते इथे नहीं ताडी नंबर प्लेट होर किते लगनी फिर मैं चलो उथे तो बोर्ड लगा ही होगा लो इथे बोर्ड बोर्ड भी नहीं लगा बोर्ड भी तुहानू दसना पड़दा लगा ते दुकान लगाई दुकान लभू बंदा कित्थों यार चल आपां हुण दूजी शॉप ते आई सी इहनां दी जिथे बणदियां प्लेटां ते कहिंदे 20-25 मिंटां तक आ जाओ चलो हूँ 20-25 मिनटा तक भी आ जाने घरे कैन फोन आए घरे ला जूंगा फिर आप काली ही मैं कहना हाँ मैं पहलो लवा लीए मैं जाना कितने नंबर प्लेट वाली दुकान दे मोरे खड़े हैं तो नंदू किदा यार की कहंदे ओ तां बोलदा एदा मापा ले पैम्स कोले आ उस टाइम मैं थोड़ा बिजी सीगा कदों उहने एदा बोलिया नंबर प्लेट वाला एदा बोलदा आ के 10 मिंट च नहीं बोलिया तां सही भाई नहीं ओ लैंग्वेज ओदा तरीका नहीं नंदू सही सी तू एवं यार इदा कहने लग पैना यार इदा तरीका सही ओदा यार एवं नंदू नूं फसा ना दे ओदे नाल शाही माड़ी नंबर ले जांदा साडा लैंदा नहीं साडे तां 1.5 करोड़ वाली मशीन है भाजी 1.5 करोड़ वाली मशीनां होर भी लाईआं पहलो बहुत लगियां बादलों दे बहुत लगियां पुरानी प्लेटा मिटे होंगे नंबर कई नंबर चेक करवाना तुहानू ला के लै गया मैं खिंचन डे मैं नंबर ला भी गया बैठे बैठे ते ਸਾਡੀ ਆ ਗਈ ਨੰਬਰ ਪਲੇਟ ਲੈ ਬਈ ਨੰਬਰ ਤਾਂ ਦੇਖੀਏ ਕੀ ਹੈ PV08FD03 ਕੀ ਬਾਤ ਹੈ ਸਰਕਾਰੀ ਨੰਬਰ ਪਲੇਟਾਂ ਲਵਾਉਣੀਆਂ ਇਹਦੀ ਆਪਾਂ ਵੀ ਤੇ ਪਰਸੋਂ ਭਾਜੀ ਨਾ ਹੋਈ ਸੀ ਮੇਰੇ ਨਾਲ ਹੋਈ ਹੋਣੀ ਵੀਰੇ ਤੁਸੀਂ ਕਹਿੰਦੇ ਆਉਂਗੇ ਆਏ ਨਹੀਂ ਪਰ ਲੇਟ ਹੋ ਗਿਆ ਸੀ ਉੱਧਰ ਠੀਕ ਹੈ ਕੋਈ ਨਾ ਵੀਰੇ AF ਰੱਖ ਦੋ ਹਣ ਤੇ ਉਹ ਦੂਜੀ ਲਵਾ ਲਓ ਦਿਓ ਭਾਜੀ ਨੰਬਰ ਪਲੇਟ ਦਿਓ ਮੈਂ ਦਿਖਾ ਦੇਵਾਂ क्या बात है PV08FD03 मित्रो 03 लकी नंबर क्या बात है किदा वीरे की कहंदा वीरा समझ नहीं आया आरपी भाजी मैं कहा अच्छा 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 PV08AF03 ओदी हैगी आ AF कित्थों सालिया ओदी हैगी PV08EF हां जी नहीं फ्रेम नहीं लगाना वीरे इदे ला दो पता नहीं पुछ लेना फ्रेम च लगने हैं भैड़ी लगू नंबर प्लेट है बहुत बड़िया ना गल बनाया होंगे तो मैं उदर दी बना के ना ला दें तू ऐत की मैं चल हाँ चलान चलो कोई चक्कर नहीं गा मैं सोचता है चल ऐत की एन वधिया तरह सरकारी तौर पर सरकारी रखना बीबे जेनुअन रखना ना छोटा कर दू छोटा कर दू जो पक्की आंदी है सरकारी फिर अपने लवाई जाने हाँ और
आ प्यार ए बहुत वधिया लगदा इदा खड़े हुंदे कोई भी भरा लंघदा दो मिनट खड़ीदा तां दोनां दोआं क मिंटां च भरा कोई ना कोई। हांजी भाजी आ जा मेरा भरा ओ ताडी भैण नूं आ गई अडमा तां मिंट च लग गई आए 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 वापरना पड़ दई यार क्या बात है दो मिंट की मेरे दो मिंट की ए ए आए 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 वंपर ना ले जी भाजी और छोटे भीरे और सेता कितो मेरा भरा यार गले ते जट लाइव लिखाया यार दसना पैंदा ए भी अजकल यार मित्रो हो गया जो के लकी है अपने लिए नंबर ओ नंबर लग चुका है आ नंबर नहीं बड़ा मशहूर किया हो देख लो नाम भावें किसी नहीं पता हो नाम मेरा अरविंदर सिंह या आरवी शेरगिल इन्ना पता 0300 वाले ये नंबर तुम आप सोच लो कि लक्की होगा साढ़े लिए बहुत ज्यादा लक्की नंबर है फोन नंबर भी ये यार अच्छा दसन डिया नंदू नाल सारी नंदू पलेटा भी लाता रहा ना फ्रेम चलाईवर दिया ला दो ला दो नहीं लगे ओदे इना बोलदा है सीधा नहीं गए ऐसी बस जाइए मेहरबानी भाजी ताडी आ जाओ चलिए हां जी हां जी हां जी होर क्या सत श्री अकाल जी होर सेहत ठीक है जी लो भी मित्रो आपां जिद्दां कि तुहानूं पता ही है नंदू दी नहीं गल करदा डॉक्टर साहब कहिंदे आ कि ग्लूकोज लगणे आ ते ओह है नहीं गे हले ते ओह कहिंदे थोड़े टाइम तक आ जाओ ते नंबर प्लेट आपां लईआं लवा ते हुण आपणा हैगा ट्रैक्टर खराब ते खूह ते सरदार साहब को मिस्त्री आया देखिए पहलो मिलिए ट्रैक्टर भी साडा ना खराब ही रहिंदा है यार ये भी बदलने वाला है यार हुण ट्रैक्टर भी पीआरटीसी वाला भाग होया सही गल है बहुत ज्यादा काम खराब है पीआरटीसी तो फिर भी छोटा रोड ते तुरी फिरदी है ये खेत च तुरदा ही नहीं भरावा एक पंप बहुत मारने पेंदे इहनूं चलो देखदे हुण की बणदा सरदार साहब नूं इही लब्भणा है कि मैं कहिणा कि सानूं राह टक्करिया सीगा ਕਹਿੰਦੇ ਸਰਦਾਰ ਤੁਹਾਡਾ ਟਰੈਕਟਰ ਖਰਾਬ ਆ ਸਰਦਾਰ ਸਾਹਿਬ ਇਹਦੇ ਲਈ ਖੂਹ ਤੇ ਤਾਂ ਟਰੈਕਟਰ ਹੈ ਨੀਗਾ ਮੈਨੂੰ ਲੱਗਦਾ ਬੱਬੂ ਖੜਾ ਹੀ ਬੱਬੂ ਵਾਜੀ ਦਾ ਟਰੈਕਟਰ ਬੱਬੂ ਵਾਜੀ ਕੇ ਹੋਣਾ ਨਾ ਉੱਥੇ ਹੋਣਾ ਭਾਈ ਚਲੋ ਗੱਡੀ ਕਰੋ ਬੈਠ ਕੇ ਉੱਥੇ ਗਿਆ ਹੁਣਾ ਤੇ ਮੋਰੇ ਆ ਜਾ ਇੱਕ ਵਾਰ ਇੱਕ ਬੰਦਾ ਕਿਉਂਕਿ ਮੈਂ ਡਰਾਈਵਰ ਜਿਹਾ ਲੱਗਣ ਡਿਆ ਡਰਾਈਵਰ ਲੱਗਣ ਡਿਆ ਤੂੰ ਕੋ ਬੈਠਾ ਤੂੰ ਚੱਲ ਜਾ ਕਿਉਂਕਿ ਇਦਾਂ ਮੈਂ ਡਰਾਈਵਰ ਲੱਗੂਗਾ ਨਾ ਉਹ ਚੱਲ ਚੱਲੀਏ ਬੱਬੂ ਭਾਜੀ ਕੋ ਹੋ ਚੱਲੇ ਚੱਲੇ जो मर्जी है दूजा ना ਇੰਨੇ ਲੱਖ ਲਾ ਤਾਂ ਬੇਇੱਜ਼ਤੀ ਕਰਦੇ ਆ ਕੀ ਆ ਪੱਕੇ ਕੂਲਰ ਆ ਕੂਲਰ ਮੈਨੂੰ ਵੀ ਲਗਵਾ ਦੇ ਆ ਰੇ ਜਿੱਦਾਂ ਫੁਕਾ ਦੇਖੋ ਇੰਨੇ ਆ ਦੇ
ਨੰਦੂ ਨੇ ਗੱਲ ਕਹਿਤੀ ਨੰਦੂ ਗੱਲ ਸਹੀ ਆ ਇਹਨਾਂ ਨੂੰ ਇਹ ਚਾਹੀਦਾ ਸਨ ਰੂਫ ਦੇਣਾ ਚਾਹੀਦਾ ਉਹ ਵੀ ਨੀ ਦਿੱਤਾ ਇੰਨੇ ਪੈਸੇ ਲੈ ਕੇ ਨੰਦੂ ਤੂੰ ਗਲਤੀ ਇੱਕ ਕਰ ਗਿਆ ਤੂੰ ਸੱਚੀ ਕਰ ਤੂੰ ਨਾ ਮਕੈਨਿਕਲ ਕਰਦਾ ਬੀਟੈਕ ਮਕੈਨਿਕਲ ਤੇਰੀ ਲਈ ਤਾਂ ਆਫਰਾਂ ਬਹੁਤ ਆਉਣੀਆਂ ਸੀ ਤੂੰ ਮੈਨੂੰ ਪਤਾ ਦੁਨੀਆ ਫੇਲ ਕਰ ਦੇਣੀ ਸੀਗੀ ਇੱਕ ਵਾਰੀ ਨੰਦੂ ਨੂੰ ਟਿਚਰਾਂ ਕਰਦੇ ਰਹੀ ਦਾ ਨੰਦੂ ਓਹਦਾ ਕਿੰਨੇ ਕਿੰਨਾ ਸਟੱਡੀ ਕਿੰਨੀ ਕੀਤੀ ਆ ਉਹਦਾ ਪਹਿਲੀ ਗੱਲ ਇੱਕ ਹੋਈ ਸੀਗੀ ਮੇਰੇ ਕੋਲੋਂ ਮੈਂ ਉਹਨੂੰ ਪੁੱਛਿਆ ਸੀ ਵੀ ਗੱਡੀ ਕੀ ਕਰਦੀ ਪਈ ਇਦਾਂ ਹੈਲਦੀ ਸੀ ਇਹਨੇ ਬਫਰਿੰਗ ਕਹਿਤਾ ਸੀ ਹੱਸੇ ਬਹੁਤ ਕਰਨਾ ਕਹਿੰਦਾ ਸੁਕਰ ਅਹੀਂ ਤਾਂ ਸਮਝਿਆ ਇਹ ਟਿਚਰਾਂ ਕਰਨ ਲੱਗ ਪਏ ਭਰਾਵਾ ਅਹੀਂ ਕਿਹਾ ਪੜ੍ਹ ਲੈਂਦੇ ਕਹਿੰਦਾ ਭਾਜੀ ਉੱਥੇ ਕਿਹੜਾ ਕਿ ਬਹੁਤ ਪ੍ਰਭ ਵੀ ਕਹਿੰਦਾ ਭਾਜੀ ਕਹਿੰਦਾ ਪੜ੍ਹਿਆ ਬਹੁਤ ਕਹਿੰਦਾ ਉੱਥੇ ਕਿਹੜਾ ਭਾਜੀ ਕਹਿੰਦਾ ਗੱਡੀ ਬਾਰੇ ਦੱਸਦੇ ਆ ਨਾ ਫਿਰ ਇਹਨੂੰ ਪੁੱਛਿਆ ਕਿ ਨਾਈਫ ਦੇ ਸਪੈਲਿੰਗ ਨਾਈਫ ਦੇ ਕੀ ਸਪੈਲਿੰਗ ਚਾਕੂ ਵਾਲੀ ਪਤਾ ਦੇਖ ਲਾ ਸਾਰੇ ਏ ਟੂ ਜ਼ੈਡ ਪਤਾ ਦੇਖ ਲੈ ਸਾਲਾ ਫੇ ਜਾਣ ਕੇ ਨਾ ਲੈ ਜਾਣ ਕੇ ਤੁਹਾਨੂੰ ਸ਼ੋਅ ਕਰ ਦਿੰਦਾ ਕਿ ਪੜਿਆ ਲਿਖਿਆ ਨਹੀਂਗਾ ਜੇ ਤੈਨੂੰ ਪਤਾ ਤਾਂ ਸਾਨੂੰ ਮੂਰਖ ਕਦੇ ਬਣਾਉਣਾ ਆ ਨਾਈਫ ਨੰਦੂ ਨਾਈਫ ਦੇ ਸਪੈਲਿੰਗ ਨਾ K N I F K ਤੋਂ ਸ਼ੁਰੂ ਹੁੰਦੇ ਬੁੱਗੀ ਨੰਦੂ ਪੂਰਾ ਐਨ ਫੀਲਿੰਗ ਲੈ ਗਿਆ ਕਿ ਸਾਲਾ ਮੈਂ 2 ਮਿੰਟ ਐ ਦੱਸਤਾ ਜਦੋਂ ਮੈਂ ਪੁੱਛਿਆ ਨਾ ਜਦੋਂ ਮੈਂ ਵਾਜੀ ਕਿਹਾ ਮੈਨੂੰ ਪਤਾ ਆ ਪਤਾ ਮੈਨੂੰ ਸਾਰਾ ਹੀ ਆ ਕਹਿੰਦਾ ਪਤਾ ਮੈਨੂੰ ਸਾਰਾ ਹੀ ਆ ਕਹਿੰਦਾ ਮੈਂ ਉਦਾਂ ਹੀ ਇਦਾਂ ਕਰਦਾ ਹੁੰਦਾ ਗੱਲ ਨਹੀਂ ਡਿੱਗਣ ਦਿੰਦਾ ਮੁੰਡਾ ਇਦਾਂ ਹੀ ਕਿਹਾ ਕਹਿੰਦਾ ਇਹਦਾ ਗੱਲ ਪਤਾ ਮੈਨੂੰ ਸਾਰਾ ਹੀ ਆ ਚਲੋ ਆਪਾਂ ਮਾੜਾ ਪਹੁੰਚ ਗਏ ਡਾਕਟਰ ਸਾਹਿਬ ਕੋਲ ਡਾਕਟਰ ਬੰਨ ਕੇ ਗਲੂਕੋਜ਼ ਲਵਾਉਣਾ ਪੈਂਦਾ ਬਹੁਤ ਔਖਾ ਲੱਗਦਾ ਦੇਖਣ ਨੂੰ ਰੁਸਤਮ ਦਾ ਵਿਚਾਰੇ ਦਾ ਜ਼ਿਆਦਾ ਉਲਟੀਆਂ ਨਾ ਹੋਇਆ ਕੰਮ ਖਰਾਬ ਹੁਣ ਦਵਾਈ ਲੈ ਕੇ ਹਟੇ ਆ ਤੇ ਬਿਮਾਰੀ ਨਿਕਲੀ ਆਪਣੇ ਡੋਗ ਨੂੰ ਪਾਰਵ ਕੀ ਆ ਚਲਾ ਯਾਰ ਕੀ ਕਹਿੰਦੇ ਪਾਰਵ ਇਹੀ ਪੁੱਛਿਆ ਠੀਕ ਹੋ ਜੂਗਾ ਡਾਕਟਰ ਸਾਹਿਬ ਕਹਿੰਦੇ ਇੰਨੇ ਚਾਂਸ ਨਹੀਂ ਹੁੰਦੇ ਜੇ 4 ਦਿਨ ਕੱਢ ਗਿਆ ਠੀਕ ਹੋ ਜੂਗਾ ਹੁਣ ਪਰ ਇੰਨਾ ਬਿਮਾਰ ਲੱਗਦਾ ਨਹੀਂ ਗਾ ਜਿੰਨਾ ਡਾਕਟਰ ਸਾਹਿਬ ਨੇ ਕਿਹਾ ਕਿ ਠੀਕ ਹੋ ਜੂਗਾ ਪਰ ਸਾਨੂੰ ਤਾਂ ਪੂਰੀ ਉਮੀਦ ਹੈ ਕਿ ਠੀਕ ਹੋ ਜੂਗਾ ਇਹ ਆਪਾਂ ਮੈਂ ਕਿਹਾ ਫਿਰ ਵੀ ਆਪਾਂ ਨਾ ਹੋਰ ਕਿਸੇ ਡਾਕਟਰ ਸਾਹਿਬ ਨੂੰ ਦਿਖਾ ਦੇ ਦੋ ਹਰੇਕ ਦੀ ਰਾਏ ਲੈਣੀ ਚਾਹੀਦੀ ਹਾਂ ਪਾਰਵੋ ਕੋਈ ਬਿਮਾਰੀ ਆ ਤੇ ਬਲੱਡ ਆਇਆ ਨਾ ਹੁਣੇ ਪੋਟੀ ਵਿੱਚ ਜਦੋਂ ਗਲੂਕੋਜ਼ ਲੱਗਾ ਤੇ ਮਨ ਜਿਹਾ ਖਰਾਬ ਹੋ ਗਿਆ ਉਹਦੇ ਕਰਕੇ ਤੇ ਚਲੋ ਮਿਲਦੇ ਹਾਂ ਜੀ ਮਾੜਾ ਚਾਹ ਪੀ ਲਈ ਯਾਰ ਮਾੜਾ ਪੁੱਤ ਕਿੱਦਾਂ ਹਾਲ ਉਹ ਪੁੱਤਰ ਕਿੱਦਾਂ ਠੀਕ ਹੈ ਤੇਰੇ ਦੰਦ ਕੌਣ ਲੈ ਗਿਆ ਕਾਂ ਹਾਂ ਬਬਲੂ ਕਿੱਧਰ ਹੋਰ ਬਬਲ ਜੀ ਕਿੱਦਾਂ ਹਾਲ ਚਾਲ ਬਸ ਇਹ ਚੱਕਰ ਆ ਕਿ ਪੈਸੇ ਕਮਾਈ ਜਾਣੇ ਆ ਜਿਹੜੀ ਟਾਰਜਨ ਫਿਲਮ ਤੁਸੀਂ ਦੇਖੇ ਸੀ ਬੈਟਰੀ ਟਾਰਜਨ ਬੈਟਰੀ ਤੁਹਾਡੀ ਬੈਟਰੀ ਚਾਹ ਦਾ ਕਹਿ ਮੇਰਾ ਭਰਾ ਮੈਂ ਡਾਡੇ ਹੋ ਗਾਣੇ ਵੀ ਲਾਈਕ ਸਬਸਕ੍ਰਾਈਬ ਕੀਤੇ ਮੇਰਾ ਨਹੀਂ ਪਤਾ ਇੱਥੇ ਹਾਂ ਬੋਲ ਨਹੀਂ ਖੋਲਣਾ ਤਾਂ ਪੈਣਾ ਹੀ ਆ ਨੰਦੂ ਜੇ ਬੈਠੀ ਆ 4 ਮਿੰਟ ਬਸ ਠੀਕ ਆ
कर लेंगे हम निकलना डॉक्टर साहब ने कहा कि खाऊगा तो निकलना भी मतलब खाण नू नहीं देना मतलब हम ग्लूकोज लगा उल्टी तो वह आऊगा कमजोरी थोड़ी बहुत ही होनी है चाह गई आ कहिंदा भुक्की डोड्यां दे नाल लाइयां यारियां उत्तों बाबा मत्तां सूटियां ने मारियां डेढ़ गट जल छाती बापू दे जवान दी गल बड़ी दूर गोडियां लगाउण दी नच के दिखाउंदी हड्डी हड्डी बाबिओ चाह बिना चलदी ना गड्डी बाबिओ सही है भरा आया अपना मिलन किदां सत श्री अकाल पंजाबी इदां ही आया वीरा पहलो मैं डिगन लगा बाद च बीरा डग बिच डह पिया सट तो लगी डग डग दे विच मर गया बड़ी दूर आया भरा भी गिल्ले कीता इहदे इहदी खुशी करके बाहर मीह भी आ गया देखो यार एकदम बदल बदल भी नहीं सके एकदम मीह आया ਸਿਰਫ ਗੱਡੀ ਧੋਣ ਲਈ ਆਇਆ ਗੱਡੀ ਕਹਿੰਦੇ ਤੁਹਾਡੀ ਨੇ ਬੜੀ ਧੋ ਦੀ ਵੀਰਾ ਕਹਿੰਦਾ ਮੇਰੀ ਕਿਸਮਤ ਇਦਾਂ ਹੀ ਮਿਲ ਗਿਆ ਮੈਂ ਕਿਹਾ ਭਰਾਵਾ ਸਾਡੀ ਕਿਸਮਤ ਹੈ ਤੁਸੀਂ ਮਿਲਦੇ ਭਰਾ ਸਹੀ ਗੱਲ ਹੈ ਇੱਜ਼ਤ ਮਾਣ ਦਿੰਦੇ ਆ ਸਾਡੀ ਕਿਸਮਤ ਹੈ ਪਾਣੀ ਦਾ ਪਲਾ ਘੁੱਟ ਹੋਰ ਵੀਰੇ ਕਿੱਥੋਂ ਆ ਮੇਰਾ ਭਰਾ ਭਾਜੀ ਆਪਾਂ ਹਰੀਪੁਰ ਤੋਂ ਬਲੋਂਗ ਕਰਦੇ ਆ ਆਦਮਪੁਰ ਦੇ ਕੋਲੋਂ ਤੇ ਇੱਧਰ ਕਿੱਧਰ ਫਿਰ ਰਹੇ ਆ ਇੱਧਰ ਭਾਜੀ ਆਪਣੇ ਨਾਨਕੇ ਆ ਆਪਾਂ ਇੱਥੇ ਰਹਿੰਦੇ ਆ ਕਿੱਥੇ ਆਪਣੇ ਰੋਡ ਤੇ ਘਰ ਆ ਰਵਿਦਾਸ ਗੁਰਦੁਆਰੇ ਕੋਲ ਭਾਜੀ ਸਹੀ ਆ ਸਹੀ ਆ ਮਿੱਠਾਪੁਰ ਸੇਵਾ ਪਾਣੀ ਕਰਾਂਗੇ ਲੈ ਯਾਰ ਜ਼ਰੂਰ ਆਵਾਂਗੇ ਫਿਰ ਤੁਹਾਡੀ ਸੇਵਾ ਹੁਣ ਤੁਸੀਂ ਦੱਸੋ ਅਸੀਂ ਕੀ ਸੇਵਾ ਕਰੀਏ ਆਜੋ ਬਬਲੂ ਕੋ ਆਏ ਆ ਤੇ ਬਬਲੂ ਨੇ ਪੂਰਾ ਜਜ਼ਮਾਨ ਕੀਤਾ ਕੋਈ ਨਹੀਂ ਇੱਕ ਮਿੰਟ ਰੁਕੋ ਫਿਰ ਬਾਕੀ ਆ ਮਿੱਠਾ ਵੀ ਐਨ ਜੇ ਘਟਿਆ ਚਾਹ ਵਿੱਚ ਆ ਪਾ ਕੇ ਚਮਚਾ ਘਮਾਉਂਦਾ ਮੁਰੇ ਖਾਂਡੀ ਰੱਖਦੀ ਕੀ ਖਾਂਡ ਬ੍ਰੈਡ ਬਬਲੂ ਦੇ ਗੁੱਡੇ ਦਿਖਾ ਪਹਿਲਾਂ ਗਰੀਸ ਗੁੱਡਾ ਗਰੀਸ ਮੁੱਕੀ ਹੋਈ ਆ ਆ ਸੋਖਾ ਸੋਜ ਗਿਆ ਕਿ ਬਬਲੂ ਗੁੱਡਾ ਇੱਕ ਨਹੀਂ ਨਹੀਂ ਆ ਗਿਆ ਯਾਰ ਅੰਡਰ ਨਾ ਇਦਾਂ ਵੋ ਇੱਕ ਅੱਖਾਂ 'ਚ ਲਾਈਟ ਪੈਂਦੀ ਆ ਅੱਛਾ ਮੇਰੀ ਗੱਲ ਸੁਣ ਡਬਲ ਐਨ ਕੋ ਅੱਖਾਂ ਦੇ ਹੋਵੇ ਨਾ ਤੇ ਉੱਪਰ ਸ਼ੀਸ਼ੇ ਤੇ ਰੋਸ਼ਨੀ ਪੈਣੀ ਤੁਹਾਨੂੰ ਇਹ ਪਤਾ ਨਹੀਂਗਾ ਬੈਟਰੀ ਬੰਦ ਤਕਲੀਫਾਂ ਤੱਕ ਹਾਂ ਠੀਕ ਆ ਅਜਾ ਬਬਲੂ ਬਾ ਗੱਲ ਇਦਾਂ ਆ ਕਿ ਆਪਾਂ ਅੰਡਰ ਆਪਣੇ ਕੋਲ ਡਰਾਈਵਰ ਸੀਗੀ ਇੱਕ ਉਹਦੇ ਸਾਈਡਾਂ ਤੇ ਉਹ ਲੱਗੇ ਹੁੰਦੇ ਜਿਹੜੇ ਆਪਾਂ ਪੈਰ ਰੱਖ ਕੇ ਚੜੀਦਾ ਨਾ ਉਹ ਤੁਹਾਡੀ ਦੁਕਾਨ ਤੇ ਲਾ ਕੇ ਗਏ ਸੀਗੇ ਤੁਸੀਂ ਬਾਅਦ ਚ ਕਹਿੰਨੇ ਵੀ ਸੀਗੇ ਕਿ ਮੋੜ ਜਾਾਂਗੇ ਉਹ ਕਿੱਥੇ ਪਿਆ ਦਿਖਾ ਦਿਓ ਦਰਸ਼ਨ ਹੀ ਕਰਾਓ ਹੈਗੇ ਆ ਦਿਖਾ ਦਿਓ ਆ ਜਾ ਵੀ ਤੂੰ ਆ ਨਾ ਤੁਸੀਂ ਵੱਡੇ ਥਾਂ ਹੀ ਦਿਖਾਓ ਆਪਣੇ ਹੱਥੀ ਦਿਖਾਓ ਬਾਕੀ ਕਿਸੇ ਨੇ ਬਬਲੂ ਦਾ ਮੂੰਹ ਦੇਖ ਕੇ ਨਹੀਂ ਕਹਿਣਾ ਭੋਲੇ ਜੇ ਬੰਦੇ ਨੂੰ ਤੰਗ ਕਰਨ ਦੇ ਤੁਸੀਂ ਉਹਨੂੰ ਜਾਣਦੇ ਹੋ ਆਹੋ ਦੁਨੀਆ ਉਹ ਖਾ ਜੂਗਾ ਇਦਾਂ ਦਾ ਭੋਲਾ ਇੱਕ ਤਾਂ ਹੋਰ ਹੋ ਜੂ ਕਾਰਨਾਮੇ ਬਹੁਤ ਤਕੜੇ ਆ ਉੱਤੇ ਉਹਨਾਂ ਸਮਿਆਂ ਜੋ ਅੱਛਾ ਨਹੀਂ ਸੰਭੇ ਆ ਸੰਭੇ ਆ ਸੰਭੇ बबलू पा हो ठीक है दूजे फिर भेज दूंगा दूजे लाने भी यार नहीं जाते ना गड्डी च समेटिया मतलब रोनो बराया कि ना रो बाकी बबलू दी जैन नाल बहुत यादा जुड़िया हुई जैन का बबलू होई पई है असि इदा चलो काम कीते गड्डी साडे लई जैन एक करी ले लेके लुधियाने चले गए बापा नु पता नहीं सी ओ आके मीटर बैक करके 100 किलोमीटर ही बैक करता ए नहीं असि सोचया वे असि मीटर पट के अपनी गड्डी तो 100 किलोमीटर बैक करन ने गलत कर लिया हां ओ बापा नु दसण तो बिना मीटर ही बैक करदे रहे बबलू अंकल कहना तेन हरेक नु अंकल ही सदा साला जिन्ने भी है ना माड़ा चिट्टी दाड़ी आज अंकल देखिया अंकल कहिंदा पैंती दे उपर जिहड़ा बंदा मैं अंकल कहना पैंती दे उपर तो नहीं है बबलू यार है चल बबलू पा ओके ओके चंगा पुत्र चल ਬੱਲੂ ਸੋਡੀ ਮਰਦੇ ਰਹੇ ਤੇਰੇ ਨਾਲ ਜਹੁਣ ਲਈ ਭੋਰਾ ਬਿਨਾ ਤਰਸ ਕੀਤਾ ਕਰ ਗਈ ਪਰਾਇਆ
ਨੀ ਤੇਰੇ ਧੋਖਿਆਂ ਨੇ ਨੀ ਬੈਰੀ ਨੇ ਜੱਟ ਮਾਰ ਮੁਕਾਇਆ ਨੀ ਬਸ ਜਾਂਦੀ ਜਾਂਦੀ ਦੱਸਦੀ ਜਾ ਦਿਲ ਕਿੱਥੇ ਲਾਇਆ ਕਿਆ ਬਾਤ ਆ ਜੋ ਫਿਰ ਗੱਡੀ ਚ ਬੈਠ ਚਲੋ ਵਾਰ ਵਾਰ ਉਹ ਪ੍ਰਭ ਮੈਨੂੰ ਇਦਾਂ ਕਹੀ ਜਾਂਦਾ ਜਾਜੂ ਤੁਸੀਂ ਲੰਬੇ ਹੋ ਗਏ ਕਿਉਂ ਪੁੱਤ ਉੱਧਰ ਬਹਿਣਾ ਤੁਸੀਂ ਮੁਕੇ ਅੱਛਾ ਮੈਂ ਉੱਧਰ ਬਹਿਣਾ ਫਿਰ ਉੱਧਰ ਚਲੋ ਤੂੰ ਹੀ ਚਲਾਉਣੀ ਆ ਹਾਂਜੀ ਫਿਰ ਤੁਸੀਂ ਇੱਦਾਂ ਹੀ ਯਾਰ ਗੱਡੀ ਦੇ ਹੈਂਡਲ ਨੂੰ ਹੱਥ ਪਾਏ ਤੇ ਕਹਿ ਦਿੰਦਾ ਉੱਧਰ ਚਲੋ ਇਹ ਮਾੜੀ ਗੱਲ ਹੈ ਸਾਰੇ ਸਲਿੱਪਰ ਪਾਣੀ ਨਾਲ ਭਰ ਗਏ ਆ ਯਾਰ ਬਹੁਤ ਪਾਣੀ ਯਾਰ ਮੇਰੇ ਪੈਰ ਪਾਣੀ ਨਾਲ ਹੀ ਭਰ ਗਏ ਯਾਰ ਚਲੋ ਯਾਰ ਮਾੜਾ ਗਾਂਹ ਨੂੰ ਤਾਕੀ ਤਾਂ ਬੰਦ ਕਰੋ ਘੁੰਮ ਗੱਡੀ ਇੰਨਾ ਛੇਤੀ ਮੀਂਹ ਇੰਨਾ ਤੇਜ਼ ਪੈ ਗਿਆ ਇੰਨੀ ਛੇਤੀ ਭਰਤੀਆਂ ਸਾਰਾ ਕੁਛ ਕਮਾਲ ਹੀ ਹੋ ਗਿਆ ਸਲਿੱਪਰ 'ਚ ਪਾਣੀ ਆ ਬਬਲੂ ਨਾ ਵਧੀਆ ਬੰਦਾ ਆ ਮਜ਼ਾਕ ਕਰਦੇ ਰਹੀਦਾ ਹਰੇਕ ਨਾ ਠੀਕ ਆ ਵੀਰੇ।